ਜੀ ਆਪਾਂ ਪਹੁੰਚ ਗਏ ਹੁਣ ਗੁਰਦੁਆਰਾ ਸਾਹਿਬ ਅਤੇ ਹੁਣ ਆਪਾਂ ਪਹਿਲਾਂ ਮੱਥਾ ਟੇਕਣਾ ਮੱਥਾ ਟੇਕ ਕੇ ਅਤੇ ਫਿਰ ਵੇਖਾਂਗੇ ਕਿ ਕੀ ਕਰਨਾ ਅਤੇ ਹੁਣ ਸਭ ਤੋਂ ਪਹਿਲਾਂ ਆਪਾਂ ਟੇਕਾਂਗੇ ਮੱਥਾ ਵੈਸੇ ਪੱਗ ਘੈਂਟ ਲੱਗਣ ਦੀ ਤੇਰੀ ਚਲੋ ਟਰਾਈ ਕਰਦੇ ਹਾਂ ਬੰਨਣ ਦੀ ਕੋਸ਼ਿਸ਼ ਕਰਦਾ ਹੋ ਸਕਦਾ ਹੌਲੀ ਹੌਲੀ ਜਾ ਸੰਗਦਾ ਆਉਣਾ ਮੇਰੇ ਵਾਂਗੂ ਇਹ ਵੀ ਬੋਲਣ 'ਚ ਗਲਤੀਆਂ ਹੋ ਜਾਂਦੀਆਂ ਪਹਿਲੀ ਵਾਰੀ ਵਲੋਗ ਬਣਾ ਰਹੇ ਅਸੀਂ ਕਿਹੜਾ ਰੋਜ਼ ਬਣਾਉਂਦੇ ਹਾਂ ਅਤੇ ਥੋੜ੍ਹੀਆਂ ਗਲਤੀਆਂ ਹੋਣਗੀਆਂ ਜੀ ਬੋਲਣ 'ਚ ਵੀ ਥੋੜ੍ਹਾ ਹੋਰ ਵੀ ਐਰਾ ਵਗੈਰਾ ਪਰ ਜੋ ਵੀ ਆ ਤੁਹਾਡੇ ਸਾਹਮਣੇ ਆ ਅਸੀਂ ਕਿਹੜਾ ਪ੍ਰੋਫੈਸ਼ਨਲ ਆ ਪਰ ਦੱਸਿਓ ਗਲਤੀਆਂ ਸਾਡੀਆਂ ਕੀ ਆ ਪੱਗ ਬੰਨਿਆ ਕਰੋ ਇਹਨੂੰ ਕਰੋ ਰੋਜ਼ ਸਹੀ ਲੱਗਦੀ ਕਿ ਨਹੀਂ ਇਹਨੂੰ ਦੱਸ ਤੂੰ ਦੱਸ ਸਹੀ ਲੱਗਦੀ ਘੈਂਟ ਲੱਗਦੀ ਬੰਨਿਆ ਕਰ ਰੋਜ਼ ਬੰਨਿਆ ਕਰਾਂਗੇ ਠੀਕ ਹੈ ਹਾਂਜੀ ਹਾਂਜੀ ਜੱਚਦਾ ਜੱਚਦਾ
ਹਾਂਜੀ ਮੱਥਾ ਅਸੀਂ ਟੇਕ ਆਏ ਸੀ, ਵਧੀਆ ਦਰਸ਼ਨ ਹੋ ਗਏ, ਭੀੜ ਕਾਫੀ ਸੀ ਪਰ ਫਿਰ ਵੀ ਚਲੋ ਮੱਥਾ ਟੇਕ ਲਿਆ, ਵਧੀਆ ਵਧੀਆ ਦਰਸ਼ਨ ਹੋ ਗਏ। ਉਸ ਤੋਂ ਬਾਅਦ ਅਸੀਂ ਛਕਿਆ ਲੰਗਰ, ਅਤੇ ਲੰਗਰ ਛਕਣ ਤੋਂ ਬਾਅਦ ਹੁਣ ਅਸੀਂ ਚੱਲੇ ਹਾਂ ਘਰ। ਮਨਜੋਤ ਚੱਲ ਗਿਆ ਅੰਦਰ ਸੇਵਾ ਕਰਨ, ਉਹਨੇ ਆਉਣਾ ਵਾ ਰਾਤੀ 12:30 ਇੱਕ ਵਜੇ, ਤਾਂ ਅਸੀਂ ਚੱਲੇ ਹਾਂ ਘਰ। ਤਾਂ ਦੱਸੋ ਕਿਵੇਂ ਲੱਗਾ ਕਿਵੇਂ ਨਹੀਂ, ਗੁਰੂ ਘਰ ਦਾ ਵਲੋਗ ਸੀ, ਗਲਤੀਆਂ ਵੀ ਹੋਈਆਂ ਹੋਣਗੀਆਂ, ਪਰ ਤੁਸੀਂ ਦੱਸੋ ਕੀ ਗਲਤ ਸੀ ਕੀ ਸਹੀ ਸੀ। ਜਸਟ ਟਰਾਈ ਸੀ, ਫਸਟ ਵਲੋਗ ਸੀ, ਬਸ ਦੇਖਣਾ ਸੀ ਕਿ ਅਸੀਂ ਕੀ ਕਰ ਸਕਦੇ ਕੀ ਨਹੀਂ। ਤਾਂ ਤੁਸੀਂ ਦੱਸਿਓ ਕੀ ਗਲਤੀਆਂ ਕੀ, ਬਾਕੀ ਮਿਲਦੇ ਅਗਲੇ ਵਲੋਗ 'ਚ, ਉਦੋਂ ਤੱਕ ਬਾਏ ਬਾਏ।